ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੀ YouTube ਚੈਨਲ ਮੇਰਾ ਸਾਹੀਵਾਲ ਟੀ। ਜਿਵੇਂ ਕਿ ਜਨਾਬ ਮੈਂ ਵੀਰਾਂ ਵਾਸਤੇ ਰੋਜ਼ ਕੋਸ਼ਿਸ਼ ਕਰਦਾ ਅੱਛੇ ਤੇ ਖੂਬਸੂਰਤ ਜਨਾਬ ਵੀਡੀਓ ਲੈ ਕੇ ਹਾਜ਼ਰ ਹਾਂ। ਇਸੇ ਤਰ੍ਹਾਂ ਜਨਾਬ ਰੋਜ਼ ਦੀ ਨਿਸਬਤ ਅਸਾਂ ਜਨਾਬ ਦੋਸਤਾਂ ਵਾਸਤੇ ਇੱਕ 37ਵੀਂ ਵੈਰੀ ਦੀ ਵੀਡੀਓ ਲੈ ਕੇ ਹਾਜ਼ਰ ਹਾਂ। ਉਮੀਦ ਕਰਾਂਗੇ ਹਰ ਰੋਜ਼ ਦਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲੇ ਤੁਹਾਨੂੰ ਜਾਣਨ ਲਈ ਤਸੱਲੀ, ਸਭ ਤੋਂ ਪਹਿਲੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰਨਾ ਪ੍ਰੈਸ ਤਾਂ ਕਿ ਸਾਡੇ ਅੱਛੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਜਨਾਬ ਮਿਲਦਾ ਰਹੇ ਵੀਰਾਂ ਨੂੰ ਤੇ ਵੀ ਵੇਖ ਰਹੇ ਹਨ। ਸਭ ਤੋਂ ਪਹਿਲਾਂ ਜਨਾਬ ਅੱਜ ਇੱਕ 37ਵੀਂ ਵੈਰੀ ਹੈ ਤੇ ਬਾਕੀ ਗੱਲਾਂ ਡਿਟੇਲ ਜਿਹੜੀ ਆਪਾਂ ਲਵਾਂਗੇ ਮਾਲਕਾਂ ਤੋਂ ਪਹੁੰਚਿਆ ਜਨਾਬ ਵਿਰਕ ਡੇਅਰੀ ਫਾਰਮ ਸਾਹਿਬ ਵਿਰਕ ਕੋਲੇ ਤੇ ਜਨਾਬ ਸਲੀਆਂ ਤੁਹਾਨੂੰ ਕਰਾਉਣੇ ਆ। ਬਾਕੀ ਜਨਾਬ ਡਿਟੇਲ ਸਾਰੀ ਉਹ ਮਾਲਕਾਂ ਨਾਲ ਕਰਾਂਗੇ ਗੱਲਾਂ। ਅੱਲਾ ਵੀ ਨਾਲ ਲਾਜ ਪ੍ਰਾਣੀ ਜਾਨਵਰ ਵੇਖਣਾ ਤੁਸੀਂ ਅੱਲਾ ਦੇ ਫਜ਼ਲ ਨਾਲ। ਬੜੇ ਵੀਰ ਨੇ ਹਮੇਸ਼ਾ ਐਸੇ ਜਾਨਵਰਾਂ ਨੂੰ ਤਰਜੀਹ ਦਿੱਤੀ ਜਨਾਬ ਜਿਹੜੇ ਜਨਾਬ ਕੁਆਲਿਟੀ ਵਾਈਜ਼ ਜਨਾਬ ਹਰ ਵੱਲੋਂ ਹਰ ਚੀਜ਼ ਵੱਲੋਂ ਜਨਾਬ ਪੂਰੇ ਨੂੰ। ਇਹ ਮੇਰੇ ਵੀਰ ਵੇਖਣ ਜਨਾਬ ਸਿਰੋ ਜੀ ਮੋਨੀ ਪਿੱਛੇ ਵੱਛਾ ਜੇ। ਬਾਕੀ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਮਾਲਕਾਂ ਨਾਲ। ਹਵਾਨੇ ਦੀ ਕੁਆਲਿਟੀ ਵੀਰਾਂ ਦੋਸਤਾਂ ਦੇ ਸਾਹਮਣੇ ਆ, ਕੋਈ ਚੀਜ਼ ਵੀ ਜਨਾਬ ਤੁਹਾਡੇ ਤੋਂ ਉਚਲ ਨਹੀਂ। ਮੁੱਠ ਪਰ ਥਣ ਤੇ ਜਨਾਬ ਵੈਰੀ ਕੋਲ ਹਵਾਨਾ ਮਾਸ਼ਾਅੱਲਾ ਲਾਜਵਾਬ ਜਨਾਬ ਜਾਨਵਰ ਵੀਰਾਂ ਦੋਸਤਾਂ ਨੂੰ ਥੱਲੇ ਕਰਨੀਆਂ ਲੈਣੇ ਦੇਣੇ ਜਨਾਬ ਨਸੀਬ। ਕੱਦ ਜਨਾਬ ਬੈਠ ਦਾ ਪੂਰਾ ਜਨਾਬ ਬੰਦੇ ਤੋਂ ਉੱਚੀ ਹਾਈਟ, ਮੇਰੇ ਵੀਰ ਤਸੱਲੇ ਕਰ ਲੈਣ। ਬੈਕ ਸਾਈਡ 'ਤੇ ਜਿਹੜੀ ਕੰਧ ਹੈ ਉਹਦਾ ਅੰਦਾਜ਼ਾ ਲਾ ਲੈਣ ਤੇ ਬੈਠ ਦਾ ਤੁਸੀਂ ਅੰਦਾਜ਼ਾ ਲਾ ਲਓ। ਕੱਦ ਜਨਾਬ ਬੈਠ ਦਾ ਪੂਰਾ ਇਹ ਜਨਾਬ ਪਿੱਛੇ ਦਾ ਬੱਛਾ ਜੇ। ਬਾਕੀ ਡਿਟੇਲ ਜਿਹੜੀ ਸਾਰੀ ਮਾਲਕਾਂ ਨਾਲ ਲਵਾਂਗੇ, ਤੁਹਾਨੂੰ ਤੁਰਨ ਫਿਰਨ ਵੀ ਵੀਰਾਂ ਦੋਸਤਾਂ ਨੂੰ ਚੈੱਕ ਕਰਵਾਉਣੇ ਆ। ਖੋਲੀ ਜਾ ਰਹੇ ਨੂੰ ਅਗਰ ਤੁਹਾਨੂੰ ਜਨਾਬ ਸਾਡੀ ਅੱਜ ਵਾਲੀ ਵੀਡੀਓ ਅੱਛੀ ਲੱਗੇ ਤੇ ਜਨਾਬ ਸਾਡੀ ਵੀਡੀਓ ਦੇ ਐਂਡ ਤੇ ਜਨਾਬ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਆ ਕਰੋ। ਜਨਾਬ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ। ਇਹ ਜਨਾਬ ਮੇਰੇ ਵੀਰ ਹਵਾਨਾ ਵੇਖਣ ਵੇੜੀ ਦਾ ਜਨਾਬ ਮਾਸ਼ਾਅੱਲਾ ਤਸੱਲੀਆਂ ਜਨਾਬ ਕਰਨੀਆਂ ਵੀਰਾਂ ਦੋਸਤਾਂ ਨੇ ਲੈਣੇ ਦੇਣੇ ਜਨਾਬ ਨਸੀਬ। 16 ਨੇ ਜਨਾਬ ਵੈੜ ਤੁਰਨ ਫਿਰਨ ਜਨਾਬ 16 ਨੇ, ਕੋਈ ਕੁਛ ਨਹੀਂ ਜਨਾਬ, ਕੋਈ ਸਰ ਨਹੀਂ, ਕੋਈ ਕੁਛ ਨਹੀਂ। 16 ਨੇ ਤੇ VIP ਜਨਾਬ ਮੋਟ ਸਿਰੋ ਜਨਾਬ ਓਰੀਜਨਲ ਮੋਨੀ ਪੋਲ ਬਣਿਆ, ਸਿੰਘ ਤਾਂ ਬਿਲਕੁਲ ਨਿਸ਼ਾਨ ਨਹੀਂ ਹੈ। ਚੱਪਾ ਚੱਪਾ ਕੰਨ ਤੇ ਜਨਾਬ ਕੰਨਾਂ ਦੇ ਵਿੱਚ ਪਛਾ ਮੇਰੇ ਵੀਰਾਂ ਨਜ਼ਰ ਆ ਰਹੀ ਹੋਣੀ ਹੈ। ਤਾਂ ਜਨਾਬ ਬਲੂਮ ਹੁੰਦਾ ਕਿ ਕੁਆਲਿਟੀ ਵਾਲਾ ਬਰੀਡ ਹੈ। ਜਿਵੇਂ ਅਸੀਂ ਵੀਰ ਜਾਣਦੇ ਨੇ ਜਦੋਂ ਵੀ ਇਸ ਅਸੀਂ ਵਿਦੇਰੀ ਦੀ ਵੀਡੀਓ ਲਾਈ ਦੀ ਹੈ, ਇਨਸ਼ਾਅੱਲਾ ਪੂਰੀਆਂ ਗਰੰਟੀਆਂ ਜਨਾਬ ਪੂਰੀਆਂ ਤਸੱਲੀਆਂ ਕਰਵਾ ਕੇ ਦੇਈਦੇ ਤੇ ਜਨਾਬ ਸਾਡੀ ਆਵਾਜ਼ ਹੁੰਦੀ ਹੈ ਦੁੱਧ ਵੱਲੋਂ ਵੀ ਜਨਾਬ ਕੁਆਲਿਟੀ ਵੱਲੋਂ ਵੀ। ਵਿਰਕ ਡੇਅਰੀ ਫਾਰਮ ਜਨਾਬ ਇੱਕ ਬ੍ਰਾਂਡ ਦਾ ਨਾਮ ਹੈ ਤੇ ਜਨਾਬ ਕੁਆਲਿਟੀ ਵਾਲੇ ਜਾਨਵਰ ਹੀ ਆਉਂਦੇ ਨੇ। ਇਨਸ਼ਾਅੱਲਾ ਅੱਗੇ ਵੀ ਕੁਆਲਿਟੀ ਵਾਲੇ ਜਾਨਵਰ ਲੈ ਕੇ ਆਵਾਂਗੇ। ਇਹ ਜਨਾਬ ਇਹਦੇ ਪਿੱਛੇ ਬੱਛਾ ਜੇ। ਬਾਕੀ ਜੇ ਡਿਟੇਲ ਹੈ ਉਹ ਆਪਾਂ ਮਾਲਕਾਂ ਨਾਲ ਗੱਲਾਂ ਕਰਾਂਗੇ, ਇਹਨਾਂ ਦੀ ਘਰ ਦੀ ਬਰੀਡ ਹੈ ਜਾਂ ਇਹਨਾਂ ਵਪਾਰ ਦੀ ਹੈ। ਇਹ ਥਣ ਦੇਖਣ ਜਨਾਬ ਰੋਕ ਰੋਕ ਦਾ ਥਣ ਜਨਾਬ ਤੇ ਬਿਰਲਾਂ ਥਣਾਂ ਦੇ ਜਨਾਬ ਮਰਲੇ ਮਰਲੇ ਦੀ ਵੰਡ ਵੀਰਾਂ ਦੋਸਤਾਂ ਦੇ ਸਾਹਮਣੇ ਜਨਾਬ ਤਸੱਲੀਆਂ ਤੁਸੀਂ ਕਰਨੀਆਂ ਲੈਣੇ ਦੇਣੇ ਜਨਾਬ ਨਸੀਬ ਹੁੰਦੇ ਨੇ। ਜਾਨਵਰਾਂ ਨੂੰ ਜਨਾਬ ਪਰਖਣਾ, ਜਿਹੜੇ ਸਾਡੇ ਵੀਰ ਜਾਨਵਰ ਰੱਖਦੇ ਨੇ ਉਹ ਸਮਝ ਗਏ ਕਿ ਜਨਾਬ ਇਹ ਕੁਆਲਿਟੀ ਵਾਲਾ ਜਾਨਵਰ ਹੈ। ਇਹ ਥਣ ਮੇਰੇ ਵੀਰ ਵੇਖਣ ਜਨਾਬ ਰੋਕ ਰੋਕ ਦਾ ਜਨਾਬ ਮੁੱਠ ਮੁੱਠ ਦਾ ਥਣ ਖੂਨ ਤੱਕ ਜਨਾਬ ਵੈਟ ਪੂਰਾ ਲਾਮ ਬਣੀ ਜਨਾਬ ਤੇ ਕੁਆਲਿਟੀ ਬੜੀ। ਬਾਕੀ ਸਭ ਡਿਟੇਲ ਜਿਹੜੀ ਹੈ ਉਹ ਭਾਈ ਸਾਹਿਬ ਤੋਂ ਲਵਾਂਗੇ ਵੀ ਨਸਲ ਕਿਹੜੀ ਹੈ ਤੇ ਵਾਰਾਂ ਨੇ ਕਿਵੇਂ ਡਿਲੀਵਰ ਕੀਤਾ, ਡਿਟੇਲ ਆਪਾਂ ਉਹਨਾਂ ਤੋਂ ਲਵਾਂਗੇ। ਜਾਨਵਰ ਦੇ ਜਨਾਬ ਤੁਸੀਂ ਤਸੱਲੀ ਕਰ ਲਈ ਹੈ, ਬਾਕੀ ਜਨਾਬ ਆਪਾਂ ਡਿਟੇਲ ਲੈਂਦੇ ਹਾਂ ਮਾਲਕ। ਇਹ ਜਨਾਬ ਤੁਸੀਂ ਭਾਈ ਨੂੰ ਤਾਂ ਦੇਖ ਲਿਆ ਹੋਣਾ, ਜਾਣੀ ਪਛਾਣੀ ਹਸਤੀ ਹੈ। ਮੇਰੇ ਚੈਨਲ ਜਿਹੜੇ ਵੇਖਣ ਵਾਲੇ ਨੇ ਵੀਰ ਜਿਹੜੇ ਜਨਾਬ ਯੂਟਿਊਬ ਵੇਖਦੇ ਨੇ ਉਹਨਾਂ ਨੂੰ ਪਤਾ ਚੱਲ ਗਿਆ ਹੋਣਾ ਇਸ ਲੋਕੇਸ਼ਨ ਤੋਂ ਵੀ ਜਨਾਬ ਤੇ ਜਗ੍ਹਾ ਤੋਂ ਵੀ ਵਿਰਕ ਡੇਅਰੀ ਫਾਰਮ ਹੈ ਤੇ ਭਾਈ ਸਾਹਿਬ ਮੇਰੇ ਨਾਲ ਖੜੇ ਨੇ, ਇਹਨਾਂ ਦਾ ਜਾਨਵਰ ਹੈ। ਬਾਕੀ ਆਪਾਂ ਜਿਹੜੀ ਗੱਲਾਂ ਤੁਹਾਡੇ ਸਾਹਮਣੇ ਆ ਹੀ ਜਾਣੀਆਂ, ਵੀਰ ਸਾਹਿਬ ਜਿਹੜਾ ਇਹ ਦੱਸਣਾ ਕਿ ਜਾਨਵਰ ਹੈ ਕਿਹਨੂੰ ਬਾਰੇ ਨੇ ਡਿਲੀਵਰ ਕੀਤਾ। ਠੀਕ ਹੋ ਗਿਆ ਜੀ।
ਹਰ ਤਰ੍ਹਾਂ ਦੀ ਥਣਾਂ ਦੀ ਸੂਈ ਖੜੀ ਹੋਣ, ਹਰ ਤਰ੍ਹਾਂ ਦੀ ਥਣਾਂ ਦੀ ਤਾਂ ਆਪਣੀ ਤਸੱਲੀ ਹੋਵੇਗੀ। ਦੁੱਧ ਜਿਹੜਾ ਤਾਜ਼ਾ ਸੂਈ ਹੈਗਾ, ਕਿਉਂਕਿ ਦੁੱਧ ਪਾਏ ਦਾ ਤੇ ਨਸੀਬ ਦਾ। ਬਿਲਕੁਲ ਆਪ ਐਵੇਂ ਗਰੰਟੀਆਂ ਦਿੱਤੀ ਜਾਈਏ ਜੀ 25 ਕਿਲੋ ਕਰੇਗੀ, 30 ਕਿਲੋ ਕਰੇਗੀ, ਲੇਕਿਨ ਜਿਹੜੇ ਮਾਲਕ ਕਹਿੰਦੇ ਨੇ ਪਿਛਲੇ ਦਾ ਸਾਬਕਾ ਨਹੀਂ ਕੋਈ ਨੀ ਧਾਰਾਂ ਕੱਢੀਆਂ, ਇੱਕ ਧਾਰ ਵੀ ਨੀ ਕੱਢੀ ਆਪਾਂ, ਬਾਕੀ ਨਹੀਂ ਥਾਂ ਆਪਾਂ ਚੈੱਕ ਕਰਾ ਕੇ ਦਿਆਂਗੇ ਹੁਣ ਹੀ ਆਪਾਂ ਵੀਡੀਓ ਦੇ ਵਿੱਚ ਧਾਰਾਂ ਮਾਰ ਦਿੰਦੇ। ਠੀਕ ਤੇ ਮਕਬੂਲ ਦੀ ਗੋਲੀ ਰੱਖ ਕੇ ਮੁੱਲ ਕਰੋ, ਮੁੱਲ ਗੱਲ ਨੂੰ ਜਿੰਨਾ ਮਰਜ਼ੀ ਕੀਤੀ ਰੱਖੀਏ, ਫਾਈਨਲ ਜਿਹਾ ਰੇਟ ਜਿਹੜਾ ਨਾ ਜਨਾਬ 3,45,000 3,45,000 3,45,000 ਦੀ ਗੁੰਜਾਇਸ਼ ਹੋਵੇਗੀ। ਥੋੜੀ ਘਣੀ ਆ, ਕੋਈ ਐਡਾ ਲੰਮਾ ਚੌੜਾ ਮੁੱਲ ਨਹੀਂ ਕੀਤਾ, ਗਾਂ ਵੀ ਬੜੀ ਚੰਗੀ ਨਸਲ ਦੀ ਆ ਤੇ ਗਾਵਾਂ ਨੂੰ ਰੇਟ ਵੀ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਤੇ 3,45,000 ਫਾਈਨਲ ਹੈ। ਬਿਲਕੁਲ 19 ਵੀ ਹੋ ਜਾਏਗਾ, ਆ ਥੋੜਾ ਘਣਾ ਪਿਆਰ ਮੁਹੱਬਤ ਹੋ ਜਾਏਗਾ, ਕਸਮ ਦੀ ਖੁਦੀ ਕੰਨ ਮਰੋੜੀ ਖੱਟਾ ਪੁਆਰ ਉਹ ਆਪਾਂ ਹੁਣੇ ਭਰਾਵਾਂ ਨੂੰ ਨਾ ਇੱਕ ਇੱਕ ਧਾਰ ਮਾਰ ਕੇ ਤਸੱਲੀ ਕਰਾ ਦਿੰਦੇ ਆ, ਦੰਦਾਂ ਦੀ ਵੀ ਤਸੱਲੀ ਕਰਾ ਦਿੰਦੇ, ਮਾਸ਼ਾਅੱਲਾ ਕੁਹਾੜਿਆਂ ਦਾ ਨਾ ਦੱਸ ਦਿੰਦੇ। ਠੀਕ ਹੋਰ ਖਾਣ ਪੀਣ ਕਿਸੇ ਕਿਸਮ ਦਾ ਹਰ ਤਰ੍ਹਾਂ ਦੀ ਆਪਣੀ ਤਸੱਲੀ ਤੇ ਗਰੰਟੀ ਹੋਵੇਗੀ। ਨੰਬਰ ਦੱਸੋ 0346-7,80,34,7,80,34,7,80,34 ਜਨਾਬ ਇਸ ਨੰਬਰ ਤੇ ਤੁਸੀਂ ਰਾਬਤਾ ਕਰ ਸਕਦੇ ਜੇ ਇਹ ਜਨਾਬ ਤੁਸੀਂ ਰੇਟ ਸੁਣ ਲਿਆ 3,45,000 ਰੁਪਏ ਡਿਮਾਂਡ ਕੀਤੀ ਬਾਈ ਸਾਹਿਬ ਨੇ, ਗੱਲਾਂ ਤੁਸੀਂ ਸਾਰੀਆਂ ਸੁਣ ਲਈਆਂ, ਗੰਢ ਮਰੋੜੀ ਛੱਟਾ ਫੁਆਰ ਉਹ ਜਨਾਬ ਇਹਨਾਂ ਦੀ, ਬਾਕੀ ਜਨਾਬ ਤੁਹਾਨੂੰ ਤਸੱਲੀ ਕਰਵਾਉਂਦੇ ਨੇ, ਦੰਦਾਂ ਦੇ ਤਸੱਲੀ ਕਰਾਉਣੇ ਤੇ ਜਨਾਬ ਖਾਣਾ ਦੇ। ਠੀਕ ਹੋ ਗਿਆ ਜੀ, ਆ ਗਏ ਨਾ, ਓਕੇ ਠੀਕ ਹੈ। ਇਹ ਜਨਾਬ ਦੰਦ ਤੁਸੀਂ ਵੇਖ ਲਿਓ ਜੀ, ਓਨੈਸਟ ਗੱਲ ਕੀਤੀ ਵੀ ਤੀਜੇ ਬਾਰੇ ਆ, ਲੋਕਾਂ ਤਰ੍ਹਾਂ ਵਪਾਰੀਆਂ ਤਰ੍ਹਾਂ ਇਹ ਨਹੀਂ ਆਖਿਆ ਵੀ ਦੂਜੇ ਬਾਰੇ ਆ। ਠੀਕ ਹੈ ਜੀ ਵੀਰ ਸਾਹਿਬ, ਠੀਕ ਹੋ ਗਿਆ ਮਤਲਬ, ਓਕੇ ਹੋ ਗਿਆ ਵੀਰ ਸਾਹਿਬ, ਓਕੇ ਓਕੇ ਹੋ ਗਿਆ, ਪੜ੍ਹ ਲਿਖ ਛੱਡ ਦੇ, ਓਕੇ ਸਰ ਓਕੇ। ਇਹ ਜਨਾਬ ਹੁੰਦਾ ਜੇ ਦਿਆਨੇਦਾਰੀ ਨਾਲ ਕੰਮ, ਇਨਸ਼ਾਅੱਲਾ ਇੱਥੋਂ ਜਾਨਵਰ ਜਨਾਬ ਤੁਸੀਂ ਜਿਹੜਾ ਵੀ ਜਾਓਗੇ ਇਨਸ਼ਾਅੱਲਾ 16 ਆਨੇ ਹੋਵੇਗਾ। ਪਹਿਲੇ ਵੀ ਅਸੀਂ ਜਿਹੜੇ ਜਾਨਵਰ ਵੀਡੀਓ ਤੋਂ ਲੱਗਦੇ ਨੇ ਵਿਰਕ ਡੇਅਰੀ ਫਾਰਮ 'ਤੇ, ਉਹ ਹਮੇਸ਼ਾ ਹੀ ਸਾਨੂੰ ਉਹਨਾਂ ਦਾ ਕਦੀ ਵੀ ਅਲਾਮਾ ਜਾਂ ਗੱਲਾਂ ਬਾਤਾਂ ਨਹੀਂ ਕਦੀ ਵੀ ਹੋਈਆਂ, ਹਮੇਸ਼ਾ ਲੋਕਾਂ ਨੇ ਤਾਰੀਫ ਕੀਤੀ ਹੈ ਇਨਸ਼ਾਅੱਲਾ। ਉਮੀਦ ਕਰਾਂਗਾ ਵੀਰਾ ਦੋਸਤਾਂ ਨੂੰ ਸਾਡੀ ਅੱਜ ਵਾਲੀ ਵੀਡੀਓ ਅੱਛੀ ਲੱਗੇਗੀ, ਅਗਰ ਤੁਹਾਨੂੰ ਜਨਾਬ ਸਾਡੀ ਅੱਜ ਵਾਲੀ ਵੀਡੀਓ ਅੱਛੀ ਲੱਗੇ ਤਾਂ ਸਾਡੇ ਚੈਨਲ ਸਬਸਕ੍ਰਾਈਬ ਲਾਜ਼ਮੀ ਕਰਨਾ ਅਤੇ ਜਨਾਬ ਵੀਡੀਓ ਨੂੰ ਸ਼ੇਅਰ ਵੀ ਕਰਨਾ, ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਆ ਕਰੋ। ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਉਸ ਤੋਂ ਮੇਜ਼ਬਾਨ ਸਾਜਿਦ ਤੋਂ ਜਾਤਾ ਰਾਬਤਾ।